ਸੁਣੋ ਸੁਣਾਵਾਂ ਗੱਲ ਮੱਖਣ ਸ਼ਾਹ ਦੀ, ਗੱਲ ਹੈ ਬੜੀ ਨਿਆਰੀ। ਨੌਵੀਂ ਪਾਤਸ਼ਾਹੀ ਦਾਸੀ ਵੇਲਾ, ਜਾਣੇ ਦੁਨੀਆ ਸਾਰੀ। ਉਸ ਵੇਲੇ ਇੱਕ ਮੱਖਣ ਸ਼ਾਹ ਸੀ, ਬੜਾ ਸ਼ਾਹੂਕਾਰ ਕਹਾਵੇ, ਭਰ ਕੇ ਮਾਲ ਜਹਾਜ਼ ਦੇ ਅੰਦਰ, ਇੱਕ ਦਿਨ ਚੱਲਿਆ ਜਾਵੇ। ਹੌਲੀ ਹੌਲੀ ਜਿਸ ਵੇਲੇ ਉਹ ਵਿੱਚ ਵਿਚਾਲੇ ਆਇਆ, ਐਸੀ ਹਵਾ ਜ਼ੋਰ ਦੀ ਚੱਲੀ, ਮੱਖਣ ਸ਼ਾਹ ਘਬਰਾਇਆ। ਉਸ ਦੇ ਬਸ ਰਿਹਾ ਨਾ ਕੋਈ ਜਹਾਜ਼ ਹੁਲਾਰੇ ਖਾਵੇ, ਜਿਸ ਪਾਸੇ ਨੂੰ ਚੱਲੇ ਹਨੇਰੀ, ਉਧਰ ਰੁੜਿਆ ਜਾਵੇ। ਮੱਖਣ ਸ਼ਾਹ ਏ ਵੇਖ ਹਾਲਤ, ਡੋਲ ਗਿਆ ਇੱਕ ਵਾਰੀ, ਗੱਲ ਦੇ ਵਿੱਚ ਪੱਲਾ ਪਾ ਕੇ ਉਸਨੇ ਅਰਜ਼ ਗੁਜ਼ਾਰੀ। ਸੁਣਿਆ ਜਿਸ ਥਾਂ ਦੇ ਉੱਤੇ ਕੋਈ ਨਾ ਹੋਵੇ ਸਾਥੀ, ਪੂਰਾ ਸਤਿਗੁਰ ਉੱਥੇ ਆ ਕੇ ਆਪ ਹੈ ਕਰਦਾ ਰਾਖੀ। ਹੈ ਕੋਈ ਐਸਾ ਸਤਿਗੁਰ ਜਗ ਤੇ ਜੋ ਡੁੱਬਿਆਂ ਨੂੰ ਤਾਰੇ, 500 ਮੋਹਰਾਂ ਮੈਂ ਮੱਥਾ ਟੇਕੂੰ, ਜੋ ਕੋਈ ਲਾਵੇ ਜਹਾਜ਼ ਕਿਨਾਰੇ। ਉਸ ਵੇਲੇ ਗੁਰੂ ਤੇਗ ਬਹਾਦਰ ਸੁਣ ਲਈ ਇਹ ਦੁਹਾਈ, ਵਿੱਚ ਮੁਸੀਬਤ ਫਸਿਆ ਮੱਖਣ, ਝੱਟ ਹੈ ਨਜ਼ਰ ਦੌੜਾਈ। ਇਧਰ ਮੱਖਣ ਸ਼ਾਹ ਵੀ ਵੇਖੋ ਇੱਕੋ ਰਟਣ ਲਗਾਈ, ਜਲਦੀ ਆ ਜਾ ਰੱਬ ਬਣ ਕੇ ਬੇੜਾ ਬਨ ਲਾਈ। ਬੰਦ ਹੋ ਗਈਆਂ ਜਲਦੀਆਂ ਲਹਿਰਾਂ, ਹਵਾ ਨਾ ਸ਼ੋਰ ਮਚਾਵੇ,
ਲੱਗਿਆ ਜਿਵੇਂ ਜਹਾਜ ਨੂੰ ਕੋਈ ਚੱਕ ਮੋਢੇ ਬੰਨੇ ਲਾਵੇ। ਉਹ ਜਦ ਮੱਖਣ ਸ਼ਾਹ ਨੇ ਡਿਠਾ ਚਾ ਫਿਰ ਉਸ ਨੂੰ ਚੜਿਆ, ਪਲਾਂ ਦੇ ਵਿੱਚ ਜਹਾਜ ਮੱਖਣ ਦਾ ਆਣ ਕਿਨਾਰੇ ਖੜਿਆ। ਹੁਣ ਇੱਕ ਇੱਕ ਸੌਦਾ ਮੱਖਣ ਸ਼ਾਹ ਨੇ ਸਾਂਭ ਲਿਆ। ਜਦ ਸਾਰਾ ਦਿਲ ਦੇ ਅੰਦਰ ਲਹਿਰਾਂ ਉੱਠੀਆਂ, ਚੱਲ ਸੁਖੀਆਂ ਮੋਰਾਂ ਕਰਜ਼ ਉਤਾਰਾ। ਇੱਕ ਰਾਹੀ ਨੂੰ ਪਾਸ ਬੁਲਾ ਕੇ ਮੱਖਣ ਸ਼ਾਹ ਕਹਿੰਦਾ, ਡੁੱਬਿਆਂ ਨੂੰ ਜੋ ਬੰਨੇ ਲਾਵੇ ਉਹ ਸਤਿਗੁਰ ਕਿੱਥੇ ਰਹਿੰਦਾ। ਉਹ ਡੁੱਬਿਆਂ ਨੂੰ ਜੋ ਬੰਨੇ ਲਾਵੇ ਉਹ ਸਤਿਗੁਰ ਕਿੱਥੇ ਰਹਿੰਦਾ। ਉਸ ਆਖਿਆ ਜਾ ਬਾਬੇ ਬਕਾਲੇ ਗੱਦੀਆਂ ਉਥੇ ਬਾਈ, ਪੁੱਛ ਲਿਓ ਉਹਨਾਂ ਤੋਂ ਜਾ ਕੇ ਕਿਸਨੇ ਜਾਨ ਬਚਾਈ। ਥੈਲੀ ਦੇ ਵਿੱਚ ਭਰੀਆਂ ਮੋਹਰਾਂ ਆਸ ਦਿਲ ਵਿੱਚ ਲਾ ਕੇ ਦੇਖ ਲਈਆਂ। ਜਦ ਗੱਦੀਆਂ ਉਸਨੇ ਬਾਬੇ ਬਕਾਲੇ ਆ ਕੇ, ਮੱਖਣ ਸ਼ਾਹ ਸੋਚਣ ਲੱਗਾ, ਇੱਥੇ ਤਾਂ ਗੁਰੂ ਅਨੇਕਾਂ, ਕਿਸ ਨੂੰ ਪੂਰਾ ਸਤਿਗੁਰ ਮੰਨਾ ਤੇ ਕਿਸ ਨੂੰ ਮੱਥਾ ਟੇਕਾ। ਫਿਰ ਉਹ ਸੋਚਦਾ ਜਿਸ ਗੁਰੂ ਨੇ ਮੇਰੀ ਜਾਨ ਬਚਾਈ, ਜਾਨੀ ਜਾਣਿਓ ਬੋਲ ਪਊਗਾ ਜਦ ਮੈਂ ਪੇਟ ਚੜਾਈ। ਹੁਣ ਪੰਜ ਪੰਜ ਮੋਹਰਾਂ ਸਭ ਦੇ ਅੱਗੇ ਮੱਥਾ ਟੇਕੀ ਜਾਵੇ, ਮਾਲਕ ਤੈਨੂੰ ਬਹੁਤਾ ਦੇਵੇ ਹਰ ਕੋਈ ਅੱਖ ਸੁਣਾਵੇ। ਇੱਕੀ ਗੱਦੀਆਂ ਦੇ ਜਦ ਅੱਗੇ ਉਸਨੇ ਆਪਣਾ ਸੀਸ ਝੁਕਾਇਆ,
ਦਿਲ ਦੀ ਆਸ ਰਹੀ ਦਿਲ ਅੰਦਰ ਕਿਸੇ ਨਾ ਪਰਮ ਮਿਟਾਇਆ ਇੱਕ ਗੁਰੂ ਦੀ ਕਸਰ ਹੈ ਬਾਕੀ ਇੱਕੀ ਵੇਖੇ ਤੁਰ ਕੇ ਫਿਰ ਇੱਕ ਰਾਹੀ ਕੋਲੋਂ ਪੁੱਛਿਆ ਮੱਖਣ ਸ਼ਾਹ ਮੁੜ ਕੇ ਬਾਈ ਗੱਦੀਆਂ ਸੀ ਮੈਂ ਸੁਣੀਆਂ ਇੱਕੀ ਵੇਖੀਆਂ ਆ ਕੇ ਇੱਕੋ ਗੁਰੂ ਰਹਿੰਦਾ ਦੱਸ ਕਿੱਥੇ ਅੱਜ ਜਾਣਾ ਦਰਸ਼ਨ ਪਾ ਕੇ ਉਹ ਕਹਿੰਦਾ ਛੱਡ ਕੀ ਦਰਸ਼ਨ ਕਰਨੇ ਕੀ ਤੂੰ ਉਸ ਤੋਂ ਲੈਣਾ ਲੋਕੀ ਉਸ ਨੂੰ ਕਮਲਾ ਕਹਿੰਦੇ ਮਨ ਲੈ ਮੇਰਾ ਕਹਿਣਾ ਜਦ ਇਹ ਮੱਖਣ ਸ਼ਾਹ ਨੇ ਸੁਣਿਆ ਦਿਲ ਉਸ ਦਾ ਮੁਰਝਾਇਆ ਲੱਗਦਾ ਹੈ ਇੱਥੇ ਨਹੀਂ ਪੂਰੀ ਹੋਣੀ ਜੋ ਆਸ ਹੈ ਲੈ ਕੇ ਆਇਆ ਦਿਲ ਦੇ ਵਿੱਚ ਕਰੇ ਦਲੀਲਾਂ ਜਾਵਾਂ ਕੇ ਨਾ ਜਾਵਾਂ ਕਹਿੰਦਾ ਫਿਰ ਚੱਲ ਜਾਂਦੀ ਵਾਰੀ ਇਹ ਵੀ ਚਿੰਤਾ ਲਾਵਾਂ ਪਹੁੰਚ ਗਿਆ ਉਸ ਪੋਰੇ ਅੰਦਰ ਜਿਸ ਵਿੱਚ ਤੇਗ ਬਹਾਦਰ ਆਓ ਸ਼ਾਹ ਜੀ ਜੀ ਆਇਆ ਨਾਲ ਕੀਤਾ ਉਸ ਦਾ ਆਦਰ ਮੱਖਣ ਸ਼ਾਹ ਨੇ ਪਹਿਲਾਂ ਵਾਂਗੂ ਮੋਰਾਂ ਪੰਜ ਚੜਾਈਆਂ ਟੇਕ ਕੇ ਮੱਥਾ ਸਤਿਗੁਰਾਂ ਅੱਗੇ ਨਜ਼ਰਾਂ ਜਦ ਮਿਲਾਈਆਂ ਸਤਿਗੁਰ ਕਹਿੰਦੇ ਵਾਹਿਓ ਮੱਖਣਾ ਚੰਗਾ ਬਣਿਓ ਚੇਲਾ ਪੰਜ ਸੌ ਮੋਹਰਾਂ ਸੁਖਣਾ ਸੁਖ ਕੇ ਭੁੱਲ ਗਇਓ ਵੇਲਾ ਸੁਣ ਮੱਖਣਾ ਦਰ ਸੱਚੇ ਤੇ ਕੰਮ ਝੂਠਾ ਲੋਭ ਦਾ ਨਹੀਂ ਪੰਜ ਸੌ ਕਹਿ ਕੇ ਧਰੇ ਪੰਜ ਮੋਹਰਾਂ ਵਪਾਰੀ ਤੇਰੇ ਜੈ ਨੂੰ ਸੋਭਦਾ ਨਹੀਂ ਸਾਨੂੰ ਭੁੱਲਦਾ ਨਹੀਂ ਓ ਵੇਲਾ ਜਦੋਂ ਜਹਾਜ਼ ਸੀ ਤੇਰਾ ਡੁੱਬਿਆ ਚ
ਚੁੱਕਿਆ ਸੀ ਅਸੀਂ ਮੋਢਾ ਦੇ ਕੇ, ਕਿੱਲ ਮੋਢੇ ਸੀ ਖੁਬਿਆ। ਸਤਿਗੁਰਾਂ ਨੇ ਜਦ ਕੱਪੜਾ ਚੁੱਕ ਵਿਖਾਇਆ, ਨੈਣਾ ਚੋਂ ਵਗਿਆ ਪਾਣੀ, ਜਿਸ ਥਾਂ ਤੇ ਸਿਕਲ ਖੁਬਿਆ, ਹੋਇਆ ਵੇ ਨਜ਼ਰ ਨਿਸ਼ਾਨੀ। ਵੇਖ ਕੇ ਜ਼ਖਮ ਸਹਿਣਾ ਹੋਇਆ, ਨੀਰ ਅੱਖੀਓ ਚੋਣ ਲੱਗਾ, ਹੰਝੂਆਂ ਦਾ ਪਾਣੀ ਪਾ ਪਾ ਕੇ ਚਰਨ ਗੁਰਾਂ ਦੇ ਧੋਣ ਲੱਗਾ। ਫਿਰ ਮੱਖਣ ਸ਼ਾਹ ਰਹਿ ਨਾ ਸਕਿਆ, ਬੋਲਿਆ ਕੋਠੇ ਚੜ ਕੇ, ਜਿਸ ਗੁਰੂ ਨੂੰ ਦੁਨੀਆ ਲੱਭਦੀ ਫਿਰਦੀ, ਉਹ ਬੈਠਾ ਅੰਦਰ ਵੜ ਕੇ। ਫਿਰ ਉਹ ਦੇਵੇ ਹੋਕਾ ਸੰਗਤਾਂ ਤਾਈਂ, ਸੁਣੋ ਸੁਣੋ ਭਾਈ ਸਾਧੋਰੇ, ਫਿਰ ਉਹ ਦੇਵੇ ਹੋਕਾ ਸੰਗਤਾਂ ਤਾਈਂ, ਸੁਣੋ ਸੁਣੋ ਭਾਈ ਸਾਧੋਰੇ, ਗੁਰੂ ਲਾ ਦੋਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ।